ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਇਸ ਵੀਡੀਓ ਦੇ ਵਿੱਚ ਬੱਚੇ ਅਸੀਂ MBD ਦੀ ਬੁੱਕ ਦੇ ਵਿੱਚੋਂ 5th ਯੂਨਿਟ ਜਿਹੜਾ ਆ ਇਲੈਕਟ੍ਰੋਮੈਗਨੇਟਿਕ ਵੇਵਸ ਵਾਲਾ ਡਿਸਕਸ ਕਰਨ ਜਾ ਰਹੇ ਹਾਂ ਸੋ ਸਭ ਤੋਂ ਪਹਿਲਾਂ ਬੱਚੇ ਤੁਸੀਂ ਫਾਰਮੂਲੇਜ਼ ਅੱਛੇ ਤਰੀਕੇ ਨਾਲ ਲਰਨ ਕਰਨੇ ਆ ਫਾਰਮੂਲੇਜ਼ ਲਰਨ ਕਰਨ ਤੋਂ ਬਾਅਦ ਤੁਸੀਂ MCQ's ਬੱਚੇ ਸਟਾਰਟ ਕਰਨੇ ਆ MCQ's ਬਹੁਤ ਕੇਅਰਫੁਲੀ ਲਰਨ ਕਰਨਾ ਆਦਰਵਾਇਜ਼ ਬੱਚੇ ਇਹਦੇ ਵਿੱਚ ਜਿਹੜਾ 5th ਕੁਐਸਚਨ ਹੈ ਇਹ ਜ਼ਿਆਦਾ ਇੰਪੋਰਟੈਂਟ ਹੈ ਦੈਨ ਫ੍ਰੀਕੁਐਂਸੀ ਔਰ ਵੇਵ ਲੈਂਥ ਵਾਲੇ ਜਿਹੜੇ ਕੁਐਸ਼ਨਸ ਆ ਉਹ ਜ਼ਿਆਦਾ ਇੰਪੋਰਟੈਂਟ ਹੈ ਜਿੱਦਾਂ ਕਿ ਹੁਣ ਤੁਸੀਂ ਦੇਖ ਰਿਹਾ ਕੁਐਸ਼ਨ ਨੰਬਰ 8 ਕੁਐਸ਼ਨ ਨੰਬਰ 9 ਇਦਾਂ ਦੇ ਕੁਐਸ਼ਨਸ ਜਿਹੜੇ ਆ ਉਹ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਜਿੱਦਾਂ ਕੁਐਸ਼ਨ ਨੰਬਰ ਬੱਚੇ 15 ਆ ਇਹ ਵੀ ਇੰਪੋਰਟੈਂਟ ਹੈ ਕੁਐਸ਼ਨ ਨੰਬਰ 16 ਮੋਸਟ ਇੰਪੋਰਟੈਂਟ ਆ ਬੱਚੇ ਤੁਹਾਡੇ ਹੁਣ ਤੱਕ ਜਿੰਨੇ ਕੁਐਸ਼ਨਸ ਪਿਛਲੇ ਪੇਪਰ ਆਏ ਆ ਉਹਨਾਂ ਦੇ ਵਿੱਚ ਇਦਾਂ ਦੇ ਕੁਐਸ਼ਨਸ ਤੁਹਾਨੂੰ ਮਿਲਗੇ ਹੋਣਗੇ ਠੀਕ ਹੈ ਸੋ ਆਵਲੇ ਜਿਹੜੇ ਕੁਐਸ਼ਨਸ ਆ ਬਹੁਤ ਕੇਅਰਫੁਲੀ ਪ੍ਰਪੇਅਰ ਕਰ ਲੈਣਾ ਅਗਰ ਕਿਸੇ ਵੀ ਕੁਐਸ਼ਨ 'ਚ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਏ ਕੋਈ ਸਮਝਣ ਦੇ ਵਿੱਚ ਕੋਈ ਕਨਫਿਊਜ਼ਨ ਹੋਵੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦੇਣਾ ਤੁਹਾਨੂੰ ਜਿਹੜਾ ਉਹਦਾ ਆਨਸਰ ਮੈਂ ਦੱਸ ਦੂੰਗੀ ਕਿ ਕਿਸ ਤਰੀਕੇ ਨਾਲ ਔਰ ਕਿੱਦਾਂ ਆਇਆ ਅਦਰਵਾਈਜ਼ ਇਹਦੇ ਬੱਚੇ ਜਿੰਨੀਆਂ ਵੀ ਵੇਵ ਲੈਂਥ ਵਾਲੀਆਂ ਐਮਸੀਕਿਊਜ਼ ਆ ਜਾਂ ਫਿਰ ਕਿਹਦੀ ਵੇਵ ਲੈਂਥ ਜ਼ਿਆਦਾ ਆ ਕਿਹਦੀ ਵੇਵ ਲੈਂਥ ਘੱਟ ਆ ਬੱਚੇ ਟ੍ਰਿਕ ਦੇ ਨਾਲ ਵੀ ਮੈਂ ਤੁਹਾਨੂੰ ਸਮਝਾ ਚੁੱਕੀ ਆ ਐਕਸਪਲੇਨ ਕਰ ਚੁੱਕੀ ਆ ਸੋ ਇੱਕ ਵਾਰ ਇਹ ਉਹ ਵਾਲੀ ਵੀਡੀਓ ਵੀ ਦੇਖ ਲੈਣਾ ਸੋ ਨੈਕਸਟ ਆ ਬੱਚੇ ਇਹਦੇ ਹਿੰਟ ਦਿੱਤੇ ਹੋਏ ਆ ਕਿ ਆਪਸ਼ਨ A ਕਿੱਦਾਂ ਆਇਆ ਆਪਸ਼ਨ B ਕਿਸ ਤਰੀਕੇ ਨਾਲ ਆਇਆ ਸੋ ਆਹ ਵਾਲੇ ਸਾਰੇ ਪੇਜ ਦੇ ਉੱਪਰ ਆਪਸ਼ਨ ਜਿਹੜੇ ਆ ਤੁਹਾਡੇ ਹਿੰਟ गिवन ਆ ਕਿ ਆਨਸਰਸ ਕਿਸ ਤਰੀਕੇ ਨਾਲ ਆਏ ਸੋ ਐਮਬੀਡੀ ਦੀ ਬੁੱਕ ਦੇ ਵਿੱਚੋਂ ਬੱਚੇ ਸਾਡਾ ਸਿਰਫ 5th ਚੈਪਟਰ ਰਹਿੰਦਾ ਸੀ ਸੋ 5th ਚੈਪਟਰ ਵੀ ਅੱਜ ਮੈਂ ਅਪਲੋਡ ਕਰ ਰਹੀ ਆ ਸੋ ਇਸ ਤੋਂ ਬਾਅਦ ਅਗਰ ਤੁਹਾਨੂੰ ਕਿਸੇ ਹੋਰ ਚੀਜ਼ ਦੀ ਰਿਕੁਆਇਰਮੈਂਟ ਹੋਈ ਕਿਸੇ MCQ ਚ ਸਮਝਣ ਦੀ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਆ ਬੱਚੇ ਆਈ ਵਿਲ ਟ੍ਰਾਈ ਕਿ ਕੱਲ ਤੁਹਾਡਾ ਪੇਪਰ ਆ ਤਾਂ ਮੈਂ ਤੁਹਾਨੂੰ ਸਾਰਾ ਮਟੀਰੀਅਲ ਪ੍ਰੋਵਾਈਡ ਕਰ ਸਕਾਂ ਥੈਂਕ ਯੂ ਸੋ ਮੱਚ